इश्क च कमलियां तां तुसीं पहलां बहुत वार वेखियां होणगियां, पर अजिही कमली तुसीं पहली वार वेखोगे। अज असीं अजिही कमली दी गल करांगे जिसने इश्क च अन्ने होके अपनी जठाणी दी 3 महीनियां दी धी मार दित्ती। परिवार दी मन्निए तां दराणी दा जठाणी दे भांजे दे नाल अवैध रिश्ता सी। बस फिर की सी, ए नजायज रिश्ता उस मासूम दी जिंदगी लै बैठा। ते हुण ए कलयुगी चाची पहुंच चुकी है सलाखां दे पिछे। दैनिक मेल पंजाबी टीवी ली फाजिलका तो कृष्ण सिंह दी रिपोर्ट। घटना वापरी जी, ओने गुड़िया मेरी मारी चुकी गई है। कौन सी गे जिन्हें थोड़ी जी? मेरी दरानी सी जी। कारण की रहा जी, क्यों चुकी जी? ओने कारण पता है भी मेरे भतीजे ने भाई दी सी जी, मैं भजन नहीं दी जी। ओने मेरे ने आ दुश्मनी कढ़ी है जी, 3 बारी मेरे ओने अग लगाई है। कदों तो कुड़ी ओने ए कीता जी, मतलब कोई सी या की कीता ओने जी? ओने 12:30 बजे जी मेरे गवांडियां दे घरे मैं पा के गई सी जी, मैं बैंक च जावड़ी जी। ओने गवांडियां दे घरों 11:30 बजे मंगा ली आपदे कोले, मुड़ के जी मेरे कोले गुड़िया नहीं पहुंची गी। मुंडे नू मेरे तो छोटे दा जी ना लेंदी आ, कहिंदी जी मैं उस बच्चे नू पढ़ाई आ, बच्चा जी मेरा आंदा भी मैं नहीं लैके गया दी मां कोले जी। ओने मुड़ के भी ए नहीं जी, ओने मार चुकी है मेरी गुड़िया। की किदां तुहानू किदां पता लगा किथे मार के किथे रखिया सीगा जी? ओ सानू एदा पता लग्या भी सानू आंदी मैं प्लच च कुड़ी डिग पी होणी मुंडे तो, असीं प्लच च कल वेखी ना सानू मिली। मुड़ के उदू बाद असीं जदों सारे ने साडे मंबर सरपंचां ने वेखी नहीं मिली, मुड़ के सानू तड़के ने आप ही दस्या भी कहिंदी जी ओहदे पैर दिसी जांदे आ जी। अज मेरे देवर नू दस्या जी, मेरे देवर ने जी कस दी ना कड्डी की फ्लश वाली खोई जड़ी गई जी। हां जी हां, नहीं जी दूजी जड़ी आपने कच्ची हुई जी। जी मारिया किस तरीके नाल ओने जी? ओ ओन जौंदी जौंदी नापती जी, दोआ नप के मुड़ के जी तड़के 4 बजे फ्लश च सेड़ दी। की मामला पूरी की गलबात सी, क्यों एक 3 महीने दी बच्ची नू इस तरह नाल बेरहमी दे नाल कतल कीता गया? ਇਹ ਥਾਣਾ ਮੀਖਾ 'ਚ ਚੈੱਕ ਸੈਲਜੇ ਕੇ ਪਿੰਡ ਹੈਗਾ, ਉੱਥੋਂ ਦੀ ਇੱਕ ਅਮਨਦੀਪ ਕੌਰ ਵਾਈਫ ਆਫ ਦੀਪਲਾਲ ਹੈਗੀ ਆ, ਜਿਹਦੇ 5 ਬੱਚੇ ਸੀ, ਉਹ 5 ਜੋ 1-3 ਮਹੀਨੇ ਦੀ ਬੱਚੀ ਸੀਗੀ ਮਹਿਕਦੀਪ। ਇਹਦੇ ਘਰ ਦੇ ਬਿਲਕੁਲ ਸਾਹਮਣੇ ਮਹਿਕਦੀਪ ਦੀ ਚਾਚੀ ਸੁਖਪ੍ਰੀਤ ਕੌਰ ਵਾਈਫ ਆਫ ਬਲਵੀਰ ਸਿੰਘ ਰਹਿੰਦੀ ਹੈ, ਜਿਹਦੇ ਨਾਲ ਇਹ ਮਹਿਕਦੀਪ ਦੀ ਮਾਂ ਅਮਨਦੀਪ ਕੌਰ ਅਤੇ ਜਸਪ੍ਰੀਤ ਸੁਖਪ੍ਰੀਤ ਇਹਨਾਂ ਦੇ ਆਪਸ ਵਿੱਚ ਬਣਦੀ ਨਹੀਂ ਸੀ, ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀਗਾ। ਪਹਿਲਾਂ ਵੀ 2-3 ਵਾਰੀ ਇਹਨਾਂ ਦੀ ਕੋਈ ਆਗੂ ਕਰਦਾ ਇਹਨਾਂ ਦਾ ਪਿੰਡ 'ਚ ਰੌਲਾ ਪਿਆ। ਉਹ ਕੱਲ੍ਹ ਸ਼ਾਮ ਨੂੰ ਅੱਗੇ ਦੀ ਤਰ੍ਹਾਂ ਜਿਹੜੀ ਉਹਨਾਂ ਦੀ ਗੁਆਂਢਣ ਹੈਗੀ ਹੈ, ਉਹ ਬੱਚੀ ਨੂੰ ਆਮ ਤੌਰ 'ਤੇ ਖਿਡਾਉਣ ਲੈ ਜਾਂਦੀ ਸੀ ਕਿਉਂਕਿ ਉਹਦੇ ਬੱਚਾ ਨਹੀਂ ਹੈਗਾ। ਅਤੇ ਇਹਦੀ ਮਾਂ ਜਿਹੜੀ ਹੈਗੀ ਹੈ ਲੜਕੀ ਦੀ ਮਹਿਕਦੀਪ ਦੀ ਬਾਹਰ ਕੰਮ ਕਰਨ ਨੂੰ ਚਲੇ ਜਾਂਦੀ ਸੀ, ਉਹ ਬਾਹਰ ਗਈ ਹੋਈ ਸੀ ਅਤੇ ਪਿੱਛੋਂ ਇਹਦੀ ਬੇਟੀ ਛੋਟੀ ਜਿਹੜੀ ਸੀਗੀ ਉਹਨੂੰ ਇਹਦੀ ਚਾਚੀ ਨੇ ਜਿਹੜੀ ਅਕਿਊਜ਼ ਹੈਗੀ ਇਸ ਮੁਕੱਦਮੇ ਦੀ, ਉਹਨੇ ਉਹਨੂੰ ਕਿਹਾ ਵੀ ਇਹਨੂੰ ਤੂੰ ਮੇਰੇ ਘਰ ਘਰ ਲਿਆ, ਉਹ ਉਹਦੇ ਘਰ ਲੈ ਗਈ। ਉਹਦੇ ਘਰ ਲਿਜਾਣ ਤੋਂ ਬਾਅਦ ਫਿਰ ਉਹ ਸ਼ਾਮ ਨੂੰ ਕਾਫੀ ਭਾਲ ਕਰਦੇ ਰਹੇ ਅਤੇ ਉਹਦਾ ਸਾਹੁ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਗਈ। ਕਾਫੀ ਲੋਕਾਂ ਨੇ ਫਿਰ ਉੱਥੇ ਉਹਦੇ ਘਰ ਦੀ ਸਰਚ ਕੀਤੀ, ਈਵਨ ਜਿਹੜੀ ਇਹਦੇ ਘਰ ਦੇ ਵਿੱਚ ਇੱਕ ਖੂਹੀ ਬਣੀ ਹੋਈ ਹੈ ਜਿਹੜੀਆਂ ਫਲੱਸ਼ਾਂ ਪਿੰਡਾਂ 'ਚ ਬਣਦੀਆਂ ਨੇ, ਉਹ ਖੂਹੀ ਟਾਈਪ ਹੈਗੀਆਂ, ਉਹਦੇ ਵਿੱਚ ਵੀ ਇਹਨਾਂ ਨੇ ਸਰੀ ਵਗੈਰਾ ਮਾਰ ਕੇ ਦੇਖਿਆ ਪਰ ਉਹਦਾ ਕੁਛ ਪਤਾ ਨਹੀਂ ਲੱਗਾ। ਤਾਂ ਅੱਜ ਸਵੇਰੇ ਜਿਹੜੀ ਹੈਗੀ ਆ ਉਹਦੀ ਦੇਖਿਆ ਵੀ ਜਿਹੜੀ ਉਹਦੀ ਲਾਸ਼ ਹੈਗੀ ਆ ਉਹ ਪਾਣੀ ਦੇ ਵਿੱਚ ਖੂਹੀ ਦੇ ਵਿੱਚ ਤੈਰਦੀ ਸੀਗੀ, ਤਾਂ ਉਹ ਲਾਸ਼ ਉੱਥੋਂ ਪਹਿਲਾਂ ਉਹਨੇ ਕੱਢੀ, ਕੱਢ ਕੇ ਫਿਰ ਉਹਨੇ ਜਿਹੜੀ ਇੱਕ ਮਿੱਟੀ ਸੀ ਘਰ ਦੇ ਵਿੱਚ ਹੀ ਉਹਦੇ ਵਿੱਚ ਦੱਬ ਦਿੱਤੀ। ਇਹ ਇੱਥੋਂ ਜਿਹੜੀ ਉਹ ਮਿੱਟੀ ਤਾਜ਼ੀ ਪੁੱਟੀ ਹੋਈ ਸੀ ਕਿ ਸਵੇਰੇ ਜਦੋਂ ਦੁਆਰਾ ਭਾਲ ਕੀਤੀ ਗਈ ਤਾਂ ਉੱਥੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਡੈੱਡ ਬੋਡੀ ਬਾਹਰ ਕੱਢ ਲਈ, ਜਿਹਦੇ ਉੱਤੇ ਅਕਿਊਜ਼ ਜਿਹੜੀ ਹੈਗੀ ਹੈ ਸੁਖਪ੍ਰੀਤ ਕੌਰ ਦੇ ਖਿਲਾਫ਼ FIR ਨੰਬਰ 18 ਅੰਡਰ ਸੈਕਸ਼ਨ 302 IPC ਦਰਜ ਕਰ ਲਿਆ ਗਿਆ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ 'ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793-95956।